ਸਤਿ ਸ਼੍ਰੀ ਅਕਾਲ ਜੀ। ਅਤੇ ਜੀ ਹੁਣ ਮੈਂ ਤੁਹਾਨੂੰ ਕਈ ਬੰਦੇ ਨਹੀਂ ਜੇ ਸੀ ਬੀ ਨੂੰ ਪਸੰਦ ਕਰਦੇ ਹੋਣੇ, ਹੈ ਨਾ, ਲੈ ਕੇ ਤਾਂ ਮੈਨੂੰ ਜਾਣੀ ਉਹ ਪਊਗੀ ਕਿਉਂਕਿ ਕੰਮ ਦਾ ਉਹੀ ਟਾਈਮ ਕੰਮ ਦਾ ਹੁੰਦਾ ਆ, ਮੇਰਾ ਉਹੀ ਟਾਈਮ ਹੁੰਦਾ ਆ ਜੀ ਵਲੌਗ ਦਾ, ਠੀਕ ਆ। ਅਤੇ ਦੂਜੇ ਨੰਬਰ 'ਤੇ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ। ਅਤੇ ਹੁਣ ਜੀ ਸੀ ਬੀ 'ਤੇ ਮੈਂ ਤੁਹਾਨੂੰ ਦੱਸਦਾ ਜੀ ਵੀ ਗੱਲਬਾਤ ਇੱਦਾਂ ਆ ਕਿ ਮੈਂ ਪੱਟਣ ਜਾ ਰਿਹਾ ਹੁਣ ਪਾਈਪਲਾਈਨ, ਅਤੇ ਹੋਰ ਤਾਂ ਜੋ ਜੋ ਮੈਂ ਰਸਤੇ 'ਚ ਅੱਗੇ ਤੁਹਾਨੂੰ ਦਿਖਾ ਸਕਦਾ ਹਾਂ ਮੈਂ ਜ਼ਰੂਰ ਦਿਖਾਊਂਗਾ। ਇੱਕ ਅੱਧਾ ਚਲੋ ਜੇ ਫਨੀ ਗੱਲ ਵੀ ਵਿੱਚ ਐਡ ਹੁੰਦੀ ਹੋਈ ਤਾਂ ਮੈਂ ਜ਼ਰੂਰ ਕਰੂੰਗਾ ਜੀ। ਅਤੇ ਠੀਕ ਆ ਜੀ, ਮਿਲਦੇ ਹਾਂ ਅੱਗੇ ਜੇ ਸੀ ਬੀ 'ਤੇ। ਅਮਰੂਦ ਆ ਗਿਆ ਜੀ ਹੁਣ ਸਾਹਮਣੇ, ਇਹੋ ਜਿਹੀਆਂ ਗੱਲਾਂ ਤਾਂ ਗੌਰ ਰੱਖਿਆ ਕਰੋ, ਜਿਹੜਾ ਦਰੱਖਤ ਬਚਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਹੁਣ ਮੈਂ ਬਾਈ ਨੂੰ ਕਿਹਾ ਵਾਂ ਬਾਈ ਯਾਰ ਜੇ ਆਪਾਂ ਉੱਧਰ ਟੋਆ ਪੱਟ ਕੇ ਉੱਥੇ ਲਾ ਦਈਏ, ਬਾਈ ਕਹਿੰਦਾ ਗੱਲ ਤੇਰੀ ਸਹੀ ਆ, ਨਾਲੇ ਉੱਚੀ ਆ ਜਗ੍ਹਾ ਸਾਰੀ, ਇੱਥੇ ਇੱਕ ਨਾ ਇੱਕ ਦਿਨ ਦਰੱਖਤਾਂ ਨੇ ਟੁੱਟੇ ਪੱਟੇ ਹੀ ਆਉਣਾ ਆ ਨਾ ਨੀਵੀਂ ਕਰਨੀ ਕੋਲ, ਅਤੇ ਹੁਣ ਉਹ ਨੀਵੇਂ 'ਚ ਅਸੀਂ ਅਮਰੂਦ ਵੱਡਾ ਆ ਥੋੜ੍ਹਾ ਉਹਦੇ ਦੇ ਉੱਦਾਂ ਹੀ ਪੱਟ ਕੇ ਸਾਈਡ 'ਤੇ ਲਾਉਣ ਲੱਗਿਆ, ਠੀਕ ਹੈ ਜੀ। ਅਤੇ ਤੁਹਾਡੀਆਂ ਦੁਆਵਾਂ ਜੇ ਨਾਲ ਹੋਈਆਂ ਤਾਂ ਉਹਨੇ ਹਰਾ ਹੋ ਜਾਣਾ, ਚਾਹੇ ਪੇਟ ਵੱਡਾ ਹੀ ਆ, ਠੀਕ ਹੈ ਜੀ। ਓਕੇ, ਦਿਖਾਉਂਦੇ ਹਾਂ ਜੀ ਤੁਹਾਨੂੰ, ਲਓ ਜੀ ਉਹ ਸਾਹਮਣੇ ਲਾ ਦਾਂਗੇ, ਉਰੇ ਪਹਿਲਾਂ ਹੀ ਤਾਂ ਟੋਆ ਹੈਗਾ, ਥੋੜ੍ਹਾ ਜਿਹਾ ਹੋਰ ਪੱਟਦੇ ਹਾਂ, ਠੀਕ ਹੈ ਜੀ। ਉਹ ਵੀਰ ਦੀ ਸਲਾਹ ਆ ਵਿੱਚ, ਜੱਸਾ ਵੀਰ ਆ ਮੇਰੇ ਪਿੰਡ ਵਾਲਾ, ਇਹ ਲਓ ਜੀ ਤਕਰੀਬਨ ਅਸੀਂ ਸਕਸੈਸਫੁਲ ਤਾਂ ਹੋ ਗਏ, ਹੁਣ ਮਾੜਾ ਜਿਹਾ ਹਰਾ ਹੋ ਜੇ ਨਾ, ਜੇ ਹਰਾ ਹੋ ਗਿਆ ਫਿਰ ਦਿਲ ਨੂੰ ਬੜੀ ਖੁਸ਼ੀ ਮਿਲਣੀ ਆ। ਹਾਂਜੀ ਆਉਣਾ ਨੀ, ਠੀਕ ਆ ਜੀ, ਫਾਈਨਲ ਕਰਕੇ ਦਿਖਾਉਂਦੇ ਆ ਤੁਹਾਨੂੰ। ਲਓ ਜੀ ਉਹ ਸਾਹਮਣੇ ਲਾਤਾ ਜੀ ਮਰੂਦ ਟੋਏ 'ਚ, ਫਿਲਹਾਲ ਠੀਕ ਖੜਾ, ਅਤੇ ਰਾਤ ਦੀ ਬਾਰੀ ਆਊਗੀ ਲਾਈਟ ਵਾਲੀ ਅਤੇ ਪਾਣੀ ਦੇ ਦਾਂਗੇ ਇਹਨੂੰ, ਅਤੇ ਤਕਰੀਬਨ ਚੱਲ ਜੂਗਾ ਜੀ, ਬਹੁਤ ਵਧੀਆ ਮੌਕੇ 'ਤੇ ਲੱਗ ਗਿਆ ਜੀ ਉਰੇ, ਨਹੀਂ ਪਹਿਲਾਂ ਸਾਡੀ ਸਲਾਹ ਤੇ ਵੀ ਪੱਟ ਕੇ ਚੱਲ ਸਾਈਡ 'ਤੇ ਸਿੱਟ ਦਾਂਗੇ, ਫਿਰ ਉਹ ਸਾਈਡ 'ਤੇ ਟੋਆ ਦੇ ਗਿਆ ਆਲਰੇਡੀ ਪਿਆ ਹੋਇਆ ਸੀ, ਠੀਕ ਹੈ ਜੀ। ਅਤੇ ਬਾਕੀ ਮਿਲਦੇ ਹਾਂ ਅੱਗੇ, ਦਿਖਾਉਂਦੇ ਹਾਂ ਤੁਹਾਨੂੰ, ਠੀਕ ਹੈ ਜੀ। ਜਾ ਸੀ ਗੁਰਤੇਜ ਸਿੰਘ ਤੇਜੀ, ਇਹ ਵਿਚਾਰਾ ਗੱਡੀ ਆਪਣੀ ਆਪਣੀ ਉਹ ਮੰਨ ਲਓ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਈ ਸੀ, ਹਰੇ ਰੰਗ ਦੀ AMW। ਹਾਂ ਬਾਈ ਦੱਸਦਾ ਸੀ ਕਹਿੰਦਾ ਨਾਰਾਜ਼, ਹਾਂ ਹੁਣ ਬੋਲ ਓਏ, ਤੈਨੂੰ ਕਿਹੜੇ ਅੰਕਲ ਤੋਂ ਨਾਰਾਜ਼ ਲੱਗਦੇ ਸੀ? ਨਾਰਾਜ਼ਗੀ ਆ। ਲਓ ਜੀ ਉਹ ਸਾਹਮਣੇ ਉਹ ਅਮਰੂਦ ਖੜਾ ਆਪਣਾ, ਉਹ ਵਧੀਆ ਐਨ ਤੰਦਰੁਸਤ ਖੜਾ ਆ, ਅਤੇ ਆਹ ਖਾਲੀ ਪੱਟੀ ਸੀ ਰਾਤ ਜਦੋਂ ਐਨ 9:30 ਵਜੇ ਜੀ ਤੁਰਨ ਲੱਗੇ, ਉਹ ਟਾਈਮ ਭਾਣਾ ਵਰਤ ਗਿਆ, ਪਾਣਾ ਵੀ ਬਸ ਤੁਹਾਨੂੰ ਕੀ ਦੱਸੀਏ, ਇਹੋ ਜਿਹਾ ਵਰਤਿਆ ਜੇ ਸੀ ਵੀ ਨਾ ਫਰੰਟ ਤੋਂ ਖੜੀ ਹੋ ਗਈ, ਬਸ ਐਂ ਸਮਝ ਲਓ ਆਹ ਖੱਡ ਦੇ ਇੱਥੋਂ ਦੀ ਚਾੜ ਰਿਹਾ ਸੀ ਜੀ ਮੈਂ, ਇੱਥੋਂ ਦੀ
सामने लिहा आ इतो आए लीहे च टायर गिरन तो बच गया ते खड़ी हो गई वापस मैनु पता मैं किवें कढ़ी ओ तेल वापस मुड़ गया वापस मुड़न कारण हवा ले गई मशीन है ना तो मतलब जमी वापस मुड़ गया जी तेल ते आ देखो हुण मिस्त्री आए ने तीन आ एक तो बॉक्सर आ बॉक्सर का तो कहंदे ने राणे भाई तैनू नहीं कुछ तो चानना पाओ कहने जो शामा नु लग्या वे होगा फिर गल्ला आउणगीआं कहंदा ऐ तो तां ऐ संग लगदी है जिवें ना कोई जिवें आपां कह दईए नवीं व्याई भरजाई दराणी जिहाणी कोई आ गई होवे सामणे संग दे जी मुंडे चलो कोई गल नहीं आपां संग दूर करन तीआं संग नाल ही नहीं गल हैगी उरे आ उरे आ उस्ताद उरे मैनूं ऐ दस ए ग्रीस करवाउणी आ ठीक है ते मूरोए वाला भी करना सौदा ऑर्डर भी फुल ग्रीस करदा करदे ते छोटियां पिन्ना भी करदी ਕਹਿੰਦਾ ਮੈਂ ਯਾਰ ਘਰ ਚ ਕੰਗਾ ਲਿਆਤੀ ਇਹ ਇਹ ਵੀਰ ਤੇ ਇਹ ਵੀਰ ਦੀ ਮਿਹਰਬਾਨੀ ਪਿੰਨ ਨਿਕਲੀ ਹੋਈ ਭਾਜੀ ਉਹਦੇ ਹਾਂ ਉਹ ਥੋੜੀ ਨਿਕਲ ਜਾਂਦੀ ਹੈ ਉਹਦਾ ਦੇਖੀ ਆ ਉਹ ਠੋਕ ਕੇ ਥੱਲੇ ਦੇ ਵੈਲਡਿੰਗ ਲਾ ਦੀ ਬਈ ਇੱਕ ਵਾਰੀ ਤਾਂ ਇੰਨੀ ਘਰੇਂਦੀ ਸੀ ਵਿੱਚ ਪਤਾ ਨਹੀਂ ਕਿਵੇਂ ਰੱਬ ਬਚਾਉਂਦਾ ਬਾਸ਼ ਲਾਈ ਥੱਲੇ ਜਾਗਾ ਵੈਲਡਿੰਗ ਕਰਦਾ ਵੈਲਡਿੰਗ ਕਰਾਉਣਾ ਹੋਵੇ ਕਿਸੇ ਚੀਜ਼ ਨੂੰ ਮੰਮਾ ਕੁਛ ਹੁਣ ਤਾਂ ਯਾਰ ਇਹਨੂੰ ਸਾਰੀ ਤੇ ਨਿਗਾਹ ਮਾਰ ਲਾ ਜਿੱਥੇ ਵੀ ਤੈਨੂੰ ਕੋਈ ਘਾਟ ਬਾਤ ਲੱਗੀ ਪਿੰਨਾਂ 'ਚ ਉਹ ਕਰਦੇ ਇੱਕ ਨਾ ਇਹਦੇ 'ਚ ਆਹ ਚੀਜ਼ ਬਹੁਤ ਆਪਣੇ ना ओ कोई नी चक्कर मैं खड़ा दूंगा फिर सिमा पैणगी इन्हां च वी पा दी सिमा जून सुधारी बेचारी दी आपां पहला नी जदों पैसिआं तो आपां पहला वी इन्ना पैसा ला दे मुंह बोलू बस ठीक चल बस मेरा वीर बनिया था ये काम कर दी लो जी ये तेरी ये राणी सुंदरा तेरी बन गई लाइफ आ तन्नू मिल गया तेरा उस्ताद हत्था पैरां दा इलाज करदा है इनू कहिंदे आ हत्था दा पैरां दा इलाज करन वाला दरिंदा कहिंदे ने करिंदा करिंदा टाणा वी आ चीज हुंदी है वीरे वी तां बाहर निकले तो घर चों फेरे पता लगदा वी कौन मिस्त्री कित्थे मिलू केड़ा किवें ग्रीस आ नहीं रही बौखा यार वो कर वो देख मोटरसाइकिल भी मेरे आला ले गया चाबी कढ़िया करा विच्चों बल्ले आ इनू कहंदे ने ये भाई है अपना वैसे तो चलो है मैं भी कहा वो बड़ी छेती मन्ने जाके बाशल ले आउण नू आ भी ले आए बाशल हां ले पंप भी आ गए भाई लो जी बधाइयां हुण ये इन्ना क पुरजा किन्ने क दा भाई जेसीबी नालों तो नहीं महंगा पर साला दस बारह हजार की चीज है तो महंगी हुआ खैर आम बंदा कह देना मिनट च लै मैं नहीं दिंदा हजार बारह सौ घंटे का पर इवें पता लगता भी खड़े पैर मौके ते चीज पैगी चलो भाई करना पैना ही है कम चलो लाओ जी स्टार्ट तो करती स्टार्ट तीन लगे ने ता हुई है स्टार्ट ਵੀਰੇ ਬਹੁਤ ਖੱਜਲ ਹੋ ਰਿਹਾ ਰਾਤ ਦੇ ਘੱਟੋ ਘੱਟ ਦਸ ਗਿਆਰਾਂ ਵੱਜ ਗਏ ਸੀ ਰਾਤ ਉਰੇ ਅਤੇ ਮਸਾਂ ਹੁਣ ਸਟਾਰਟ ਹੋਈ ਆ ਅਤੇ ਚਲੋ ਹੁਣ ਤਾਂ ਯਾਰ ਗਿਆ ਨਿੱਪਲ ਮੂੰਹ 'ਚ ਰੱਖਦਾ ਹੋਰ ਇਹ ਗ੍ਰੀਸ ਕਰਦਾ ਜੀ ਅੱਲਾ ਤੂੰ ਆਇਆ ਬੁਲਬੁਲ ਬੁਲ ਕਰੀ ਕ ਬੁਲ ਬੁਲ ਕਰੀ ਆ ਕਹਿੰਦੇ ਜੀ ਮੁੰਡੇ ਕਹਿੰਦੇ ਮੂੰਹ ਰਾਹੀਂ ਗ੍ਰੀਸ ਕਰਦਾ ਇਹ ਨਿੱਪਲ ਮੂੰਹ 'ਚ ਰੱਖਦਾ ਹਰ ਟਾਈਮ ਬਾਈ ਬਹੁਤ ਔਖਾ ਯਾਰ ਆਪਾਂ ਤਾਂ ਮਜ਼ਾਕ ਕਰ ਰਹੇ ਹਾਂ ਆ ਦੇਖ ਜਿਹੜੀਆਂ ਪਿੰਨਾਂ ਬੰਦ ਹੁੰਦੀਆਂ ਨੇ ਇਹਨੂੰ ਪਤਾ ਵੀ ਕਿਵੇਂ ਖੋਲਦਾ ਇਹ ਨਾ ਠੀਕ ਆ ਫਿਰ ਲਓ ਜੀ ਆ ਬੈਠਾ ਵਿਚਾਰਾ ਬਾਂਦਰ ਵਾਂਗੂ ਚੜਿਆ ਹੋਰ ਟਬੂਸੀਆਂ ਮਾਰ ਮਾਰ ਕੇ ਕਦੇ ਉੱਥੇ ਚੜ ਜਾਂਦਾ ਕਦੇ ਉੱਥੇ ਚੜ ਜਾਂਦਾ ਔਰ ਕਰੇ ਕੀ ਹਾਈਟ ਘੱਟ ਆ ਪਿੰਨਾਂ ਬੰਦ ਨੇ बस देखी चलो जी इन कर दू नीमा ता है
ਦੇਖਿਓ ਹੁਣ ਛਾਲ ਵੱਜਦੀ ਦੇਖਿਓ ਤੁਸੀਂ ਛਾਲ ਪੈਂਦੀ ਦੇਖਿਓ ਮਾਰਦੇ ਛਾਲ ਗਾ ਆ ਤੇਰੇ